ਇਹਨਾਂ ਦਾ ਤੇ ਮੋਬਾਈਲ ਵੀ ਆਫ ਹੈ। ਕੀ ਹੋਇਆ ਮੰਮੀ? ਤੇਰੇ ਡੈਡੀ ਦਾ ਤੇ ਮੋਬਾਈਲ ਵੀ ਆਫ ਹੈ। ਹੋ ਸਕਦਾ ਹੈ ਡੈਡੀ ਕਿਸੇ ਜ਼ਰੂਰੀ ਮੀਟਿੰਗ ਵਿੱਚ ਹੋਣ। ਹਾਂ ਹਾਂ ਜੀ, ਅਜੇ ਹੀ ਕਿਹੜੀ ਮੀਟਿੰਗ ਹੈ ਜਿਹੜੀ ਰੋਜ਼ ਸ਼ਾਮ ਹੁੰਦੇ ਸ਼ੁਰੂ ਹੋ ਜਾਂਦੀ ਹੈ ਤੇ ਉੱਥੋਂ ਵਾਪਸ ਆਉਂਦੇ ਅੱਧੀ ਰਾਤ ਨੂੰ ਨਸ਼ੇ 'ਚ ਟੱਲੀ ਹੋ ਕੇ। ਮੰਮੀ ਕੀ ਗੱਲ, ਬੜੇ ਪਰੇਸ਼ਾਨ ਲੱਗ ਰਹੇ ਹੋ। ਮੈਨੂੰ ਲੱਗਦਾ ਹੈ ਅੱਜ ਵੀ ਤੇਰੇ ਡੈਡੀ ਚਲੇ ਗਏ ਆਪਣੇ ਉਸ ਦੋਸਤ ਦੇ ਕੋਲ। ਹੁਣ ਅੱਧੀ ਰਾਤ ਨੂੰ ਆਣ ਕੇ ਨਸ਼ੇ ਚੁੰਮਦੇ ਹੋਏ ਜੇ ਮੈਨੂੰ ਕੋਈ ਉਸ ਕੰਬਖਤ ਦੋਸਤ ਦਾ ਪਤਾ ਦੱਸ ਦੇਵੇ ਨਾ ਤਾਂ ਮੈਂ ਗਰਦਨ ਤੋਂ ਫੜ ਲਿਆ ਉਹਨੂੰ ਜਾ ਕੇ। ਤੁਹਾਨੂੰ ਕਿਧਰੇ ਜਾਣ ਦੀ ਲੋੜ ਨਹੀਂ ਮੰਮੀ, ਡੈਡੀ ਨੂੰ ਮੈਂ ਲੈ ਕੇ ਆਵਾਂਗਾ। ਤੂੰ ਜਾਣਦਾ ਉਹ ਕਿੱਥੇ ਨੇ? ਹਾਂ ਮੈਂ ਜਾਣਦਾ, ਤੇ ਮੈਂ ਵੀ ਜਾਣਦਾ ਕਿ ਉਹਨਾਂ ਨੂੰ ਦਾਰੂ ਪਿਲਾਉਂਦਾ ਕੌਣ। ਉਹ ਮੈਂ ਤੁਹਾਨੂੰ ਬਾਅਦ 'ਚ ਦੱਸਾਂਗਾ, ਪਹਿਲੇ ਮੈਂ ਡੈਡੀ ਨੂੰ ਉਹਦੇ ਜਾਲ 'ਚੋਂ ਤਾਂ ਕੱਢ ਲਵਾਂ। ਹਾਂ ਮੈਂ ਕੀ ਕਹਿ ਗਿਆ ਰੱਬਾ, ਕਿਤੇ ਜਾਲ 'ਚ ਫਸ ਗਏ ਨੇ। ਵਾਹਿਗੁਰੂ ਰੱਖਿਆ ਕਰ, ਕੀ ਸੋਚ ਰਹੇ ਹੋ? ਕੁਛ ਨਹੀਂ। ਨਹੀਂ, ਕੁਛ ਤਾਂ ਜ਼ਰੂਰ ਸੋਚ ਰਹੀ ਹੈ। ਇੱਛੇ ਕੁਛ ਵੀ ਹੋਇਆ ਉਹਦਾ ਅਫਸੋਸ ਤਾਂ ਨਹੀਂ ਤੁਹਾਨੂੰ? ਅਫਸੋਸ? ਨਸ਼ੇ ਵਿੱਚ ਜੋ ਖੁਸ਼ੀ ਮੈਨੂੰ ਦਿੱਤੀ ਹੈ, ਨਸ਼ਾ ਉਤਰਨ ਤੋਂ ਬਾਅਦ ਕਿਧਰੇ ਉਹਨੂੰ ਭੁੱਲਦੇ ਨਹੀਂ ਜਾਓਗੇ? ਸੋਣੀਏ, ਸੁਣ ਲਓ, ਤੇ ਨਸ਼ੇ ਦੇ ਵਿੱਚ ਵੀ ਆਪਣੇ ਹੋਸ਼ ਕਦੇ ਨਹੀਂ ਭੁੱਲਦਾ। ਫਿਰ ਤੇਰੇ ਸਾਹਮਣੇ ਬੋਤਲ ਦਾ ਨਸ਼ਾ ਕੀ ਹੈ? ਇੱਕ ਵਾਰੀ ਜੇ ਕਿਤੇ ਕੌਲ ਤੋਂ ਹੀ ਮੁੱਕਰ ਗਿਆ ਤਾਂ ਫਿਰ ਮੈਨੂੰ ਸੁਣ ਲਾਲ ਕੌਣ ਆਖੂ? ਸੋਣੀਏ, ਜੇ ਤੇਰੀ ਇੱਕ ਵਾਰੀ ਮੈਂ ਸਿੰਦੂਰ ਨਾਲ ਮਾਂਗ ਭਾਰੀ ਦਿੱਤੀ ਹੈ ਤਾਂ ਹੁਣ ਮੈਨੂੰ ਦੁਨੀਆ ਦੀ ਕੋਈ ਪਰਵਾਹ ਨਹੀਂ। ਮੈਂ ਜਾਣਦੀ ਹਾਂ ਤੁਸੀਂ ਦੁਨੀਆ ਨੂੰ ਤਾਂ ਆਪਣੀ ਜੁੱਤੀ ਦੀ ਨੋਕ 'ਤੇ ਰੱਖਦੇ ਹੋ, ਪਰ ਮੈਂ ਦੇਖਦੀ ਹਾਂ। ਜਸਬੀਰ ਤੂੰ ਇਸ ਵਕਤ? ਡੈਡੀ ਕਿੱਥੇ ਨੇ? ਮੈਨੂੰ ਕੀ ਪਤਾ ਡੈਡੀ ਕਿੱਥੇ ਨੇ, ਮੈਨੂੰ ਦੱਸ ਕਿਤੇ ਨਹੀਂ ਜਾਂਦੇ। ਦੱਸ ਕਿਤੇ ਨਹੀਂ ਜਾਂਦੇ, ਮਗਰ ਆਉਂਦੇ ਤੇਰੇ ਕੋਲ ਹੀ ਨੇ। ਜਸਬੀਰ ਸ਼ਰਾਬ ਦੀ ਬੋਤਲ, ਗਿਲਾਸ ਬੋਲ, ਡੈਡੀ ਕਿੱਥੇ ਨੇ? ਜਸਬੀਰ ਬੋਲ, ਪਾਪਾ ਕਿੱਥੇ ਹੈ? ਤੈਨੂੰ ਨਹੀਂ ਛੱਡਾਂਗਾ।
ਗੱਲਾਂ ਵੱਲ ਧਿਆਨ ਘੱਟ ਤੇ ਪੜ੍ਹਾਈ ਵੱਲ ਜ਼ਿਆਦਾ ਦਿਆ ਕਰ, ਸਮਝ ਗਿਆ ਨਾ? ਰਾਤੀ ਤੁਸੀਂ ਆਪਣਾ ਮੋਬਾਈਲ ਉੱਥੇ ਛੱਡ ਆਏ ਸੀ। ਡੈਡੀ, ਮੈਂ ਵੀ ਤੁਹਾਡਾ ਹੀ ਪੁੱਤਰ ਹਾਂ। ਜੇ ਉਸ ਜਨਾਨੀ ਤੋਂ ਤੁਹਾਡਾ ਪਿੱਛਾ ਨਾ ਛੁੜਾਇਆ ਤੇ ਮੇਰਾ ਨਾਮ ਵੀ ਜਸਤੀ। ਡੈਡੀ ਚਲੇ ਗਏ? ਹਾਂ ਮੰਮੀ। ਹੈਲੋ ਜੀ, ਇਹਨਾਂ ਦਾ ਤਾਂ ਕੁਛ ਪਤਾ ਹੀ ਨਹੀਂ ਚੱਲਦਾ। ਸਵੇਰੇ ਮੰਡੀ ਜਾਣਦੀ ਜਲਦੀ ਤੇ ਸ਼ਾਮ ਦਾ ਤਾਂ ਰੱਬ ਹੀ ਰਾਖਾ ਹੈ। ਹੁਣ ਆਦਮੀ ਗੱਲ ਕਰਨਾ ਚਾਹੇ ਤੇ ਕਦੋਂ ਕਰੇ? ਵਿਮੋ ਦੇ ਵਿਆਹ ਲਈ ਦਹੇਜ ਦੀ ਫਿਕਰ ਹੈ ਕਿ ਨਹੀਂ ਕਿਸੇ ਨੂੰ ਇਸ ਘਰ 'ਚ? ਥੋੜ੍ਹੇ ਦਿਨ ਹੋਰ ਸਬਰ ਕਰ ਮਾਂ, ਫਿਰ ਡੈਡੀ ਕੋਲ ਟਾਈਮ ਹੀ ਟਾਈਮ। ਉਹ ਜਸੀ, ਤੂੰ ਕੱਲ੍ਹ ਇਹਨਾਂ ਦੇ ਦੋਸਤ ਨੂੰ ਮਿਲਣ ਗਿਆ ਸੀ, ਮਿਲਿਆ ਤੈਨੂੰ? ਹਾਂ ਮਾਂ, ਮਿਲਿਆ ਸੀ, ਮਗਰ ਮੈਂ ਹੀ ਥੋੜ੍ਹਾ ਲੇਟ ਹੋ ਗਿਆ। ਨਹੀਂ ਤਾਂ ਇਹ ਕਲੇਸ਼ ਤਾਂ ਮੈਂ ਕੱਲ੍ਹ ਹੀ ਨਿਪਟਾ ਦੇਣਾ ਸੀ। ਇਹ ਤੂੰ ਕੀ ਕਹਿ ਰਿਹਾ, ਮੇਰੀ ਕੁਛ ਸਮਝ ਨਹੀਂ ਆ ਰਿਹਾ। ਤੂੰ ਜ਼ਿਆਦਾ ਟੈਨਸ਼ਨ ਨਾ ਲੈ ਮਾਂ, ਵਕਤ ਆਉਂਦੇ ਸਭ ਸਮਝਾ ਦਿਆਂਗਾ। ਹੁਣ ਜੇ ਮਸਤੇ ਦੇ ਰੁਕ। ਹੈਲੋ, ਹੁਣ ਇਹ ਵੀ ਨੱਸ ਗਿਆ। ਚਲੋ ਜੀ, ਬੜੇ ਪਾਪਾ ਤੁਸੀਂ ਮੈਨੂੰ ਬੁਲਾ ਲੈਂਦੇ, ਮੈਂ ਆ ਜਾਂਦੀ ਪੁੱਤਰ ਥੱਲੇ ਕੱਲਿਆਂ ਜੀ ਨਹੀਂ ਸੀ ਲੱਗ ਰਿਹਾ, ਸੋਚਿਆ ਚੱਲ ਕੇ ਆਪਣੀ ਧੀ ਨਾਲ ਹੀ ਕੁਛ ਗੱਲਾਂ ਕਰ ਲਾਂ। ਤੁਸੀਂ ਚਾਹ ਪੀਓਗੇ? ਨਹੀਂ ਪੁੱਤਰ, ਤੂੰ ਅੱਜ ਗੋਬਿੰਦ ਨਾਲ ਦਫ਼ਤਰ
ਇਹੀ ਪੁੱਤਰ ਕਿ ਤੇਰੇ ਮੰਮੀ ਡੈਡੀ ਤੈਨੂੰ ਕਿਤੇ ਬਾਹਰ ਭੇਜਣਾ ਚਾਹੁੰਦੇ ਨੇ। ਇਹਦੇ ਬਾਰੇ ਤੇ ਮੈਂ ਵੀ ਤੁਹਾਡੇ ਨਾਲ ਗੱਲ ਕਰਨੀ ਹੈ ਬੜੇ ਪਾਪਾ। ਮੈਂ ਲੰਡਨ ਜਾਂ ਕੈਨੇਡਾ ਕਿਤੇ ਵੀ ਨਹੀਂ ਜਾਵਾਂਗੀ, ਇੱਥੇ ਹੀ ਰਹਾਂਗੀ ਤੁਹਾਡੇ ਕੋਲ। ਪੁੱਤਰ ਮੇਰਾ ਆਪਣਾ ਦਿਲ ਕਿੱਥੇ ਲੱਗੇਗਾ ਤੇਰੇ ਬਿਨਾ। ਨਾਲੇ ਤੂੰ ਕੀ ਸੋਚਣੀ ਹੈ, ਤੇਰੀ ਮੰਮੀ ਡੈਡੀ ਨੂੰ ਤਕਲੀਫ ਨਹੀਂ ਹੋਏਗੀ ਕੀ? ਤਾਂ ਫੇਰ ਕਿਉਂ ਡੈਡੀ ਮੈਨੂੰ ਇੰਨੀ ਦੂਰ ਭੇਜ ਰਹੇ ਨੇ? ਤੂੰ ਪੜ੍ਹਨਾ ਨਹੀਂ ਚਾਹੁੰਦੀ? ਇਹੀ ਤੇ ਮੁਸੀਬਤ ਹੈ ਬੜੇ ਪਾਪਾ, ਮੈਂ ਪੜ੍ਹਨਾ ਚਾਹੁੰਦੀ ਹਾਂ ਪਰ ਤੁਹਾਡੇ ਤੋਂ ਦੂਰ ਵੀ ਨਹੀਂ ਜਾਣਾ ਚਾਹੁੰਦੀ। ਮਤਲਬ ਇਹ ਹੈ ਕਿ ਤੂੰ ਦੋਹਾਂ ਹੱਥਾਂ ਵਿੱਚ ਲੱਡੂ ਫੜਨਾ ਚਾਹੁੰਦੀ ਹੈ। ਪੁੱਤਰ ਜ਼ਿੰਦਗੀ ਇੰਨੀ ਮਿਹਰਬਾਨ ਕਦੇ ਨਹੀਂ ਹੁੰਦੀ। ਆਦਮੀ ਦੀ ਹਰ ਇੱਛਾ ਕਦੀ ਪੂਰੀ ਨਹੀਂ ਹੁੰਦੀ, ਇੱਕ ਇੱਛਾ ਨੂੰ ਪੂਰਾ ਕਰਨ ਲਈ ਦੂਜੀ ਇੱਛਾ ਨੂੰ ਛੱਡਣਾ ਹੀ ਪੈਂਦਾ ਹੈ। ਇਹਦਾ ਮਤਲਬ ਹੈ ਮੈਨੂੰ ਆਪਣੀ ਸਟੱਡੀਜ਼ ਕੰਟੀਨਿਊ ਕਰਨ ਲਈ ਤੁਹਾਡੇ ਤੋਂ ਦੂਰ ਜਾਣਾ ਪਏਗਾ। ਤੂੰ ਉੱਥੇ ਇਕੱਲੀ ਥੋੜ੍ਹਾ ਹੀ ਹੋਵੇਂਗੀ ਪੁੱਤਰ, ਉੱਥੇ ਤੇਰੇ ਮਾਮਾ ਮਾਮੀ, ਅਜਮੇਰ ਅੰਕਲ, ਨਾਲੇ ਮਨਿੰਦਰ ਤੇ ਪ੍ਰੀਤੀ ਵੀ ਤਾਂ ਹੋਣਗੇ। ਠੀਕ ਹੈ, ਅਗਰ ਤੁਸੀਂ ਫੈਸਲਾ ਕਰ ਹੀ ਲਿੱਤਾ ਹੈ ਤਾਂ ਮੈਂ ਜਾਵਾਂਗੀ, ਪਰ ਕੈਨੇਡਾ ਨਹੀਂ ਲੰਡਨ ਮਾਮਾ ਜੀ ਕੋਲ। ਠੀਕ ਹੈ ਪੁੱਤਰ, ਠੀਕ ਹੈ, ਮੈਂ ਗੋਬਿੰਦ ਨਾਲ ਗੱਲ ਕਰਨਾ ਵਾਂ, ਉਹ ਲੰਡਨ ਟੈਲੀਫੋਨ ਕਰਕੇ ਤੇਰੇ ਜਾਣ ਦਾ ਬੰਦੋਬਸਤ ਕਰ ਦੇਗਾ। ਅੱਛਾ ਪੁੱਤਰ ਇਹ ਦੱਸ, ਇਹ ਰਾਹੁਲ ਕੌਣ ਹੈ? ਰਾਹੁਲ? ਹਾਂ,
क्यों राहुल दा नाम सुन के घबरा क्यों गई? घबराई मैं राहुल दा नाम सुन के नहीं, बट आई एम सरप्राइज कि तुहानू किने राहुल दे बारे दस्या। तेरे डैडी गोविंद ने। ओ डैडी ने, होर की दस्या उन्होंने? तेरे डैडी ने जो कुछ दस्या उन्हूं छड्ड, तू की जाननी है उस दे बारे च? राहुल मेरा फ्रेंड है बड़े पापा। गोविंद कह रहा सी उस दी अग्गे दी पढ़ाई दे बारे विच, की गल हुई सी इस दे बारे विच? तू उन्हूं चंगी तरह जाननी है ना? हाँ बड़े पापा, एक्चुअली राहुल बहुत टैलेंटेड है ते बहुत इंटेलिजेंट भी, पर गरीब होना कोई गुनाह तो नहीं ना बड़े पापा? नहीं पुत्र, बिल्कुल नहीं। आदमी गरीब दौलत तो नहीं होता, बल्कि दिमाग तो होता है। तो जिस आदमी को हुनर की दौलत होए, उस तो वड्डा अमीर आदमी तो कोई हो ही नहीं सकता। कई गलते मैं भी पापा नु समझाने की कोशिश कर रही हूँ बड़े पापा। पुत्र, तू मेरी मुलाकात नहीं करवाएंगी उस दे नाल? तुहाडे नाल? हाँ, क्यों? कि मैं तेरे दोस्त नु नहीं मिल सकता? नहीं नहीं बड़े पापा, यह गल नहीं है। मैं किसी दिन उन्हें घर बुला लवांगी सानू मिलाने लिए। जी हुंदी रहे पुत्र। चंगा पुत्र, तू हुण अपना काम कर, मैं गुरुद्वारे होके आना। जी कितने पापा मैनू राहुल तो दूर करन लिए ते नहीं बाहर भेज रहे? कमाल है, यह गल पहला मेरी समझ च क्यों नहीं आई? इन्नी बदनामी, इन्नी बेइज्जती, इन्ना धोखा खान तो बाद भी गल तेरे दिमाग च नहीं आई? मम्मी मम्मी, ऐसा भी गलत फहमी करके होया? हुन सारी गलत फहमी दूर हो गई ने। जस्सी जस्सी मेरे नाल व्याह करने तैयार हो गया है। ते नाले ओ बहुत शर्मिंदा से अपने मम्मी पापा दे सलूक तो, ओ बार बार माफी मंग रहा सी। मम्मी तू इन्हां लोगों नूं नहीं जानती, वक्त पैन ते गधे नूं भी अपना प्यो बना लैंदी है। तेरे नाल एडा वड्डा धोखा करन दे बाद भी जिहड़ा ओ तेरे कोल चल के आया ना, जरूर ओहदे च ओहदा कोई मतलब होएगा। कोई मतलब नहीं होना मम्मी, बस उन्हें अपनी गलती का एहसास हो गया। मैं कुछ नहीं जानती, मेरे मना करन दे बाद भी तू उन्हें घर च पैर किवें रखन दिता? मम्मी मैं तैनू दस दिता है, तेरा ओहदे नाल विआह नहीं हो सकता। बस जिहड़ा मुंडा मैं तेरे लिए वेख्या ना, तेरा विआह ओहदे नाल ही होएगा। नहीं मम्मी, मैं विआह करांगी ते जस्सी नाल, नहीं ते किसी नाल भी नहीं। खबरदार, किथे चली गई? तंगा भन देंगी घर तो बाहर पैर रखा दे। देख रहे हो रंग पंजाबी।